ਹਾਂਜੀ ਅਸਲਾਮੁਆਲਿਕਮ ਮੈਂ ਹਰਦਲ ਜਮਾਲ ਤੁਸੀਂ ਦੇਖ ਰਹੇ ਹੋ ਵੀਡੀਓ ਮੇਆ ਬਈ ਲੋ ਜੀ ਜਿਦਾਂ ਮੈਂ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਲਈ ਜਿਹੜੇ ਬੰਦੇ ਪਰੇਸ਼ਾਨ ਸਨ ਜਿਹਨਾਂ ਟੈਨਸ਼ਨ ਜਿਹੜੇ ਕਰਾਈਜ਼ ਹੋ ਰਹੇ ਸਨ ਕਿ ਉਹਨਾਂ ਦੇ ਪੈਸੇ ਇੰਪਾਸ ਦੇ ਕਿਉਂ ਨਹੀਂ ਆਏ ਔਰ ਇਹ ਜੇ ਇੰਪਾਸ ਦੇ ਪੈਸੇ ਨਹੀਂ ਆਏ ਜੇ ਤੁਵਜਾ ਬਣਦੀ ਹੈ ਜੇ ਤੁਹਾਡੀ ਡਾਟੀ ਪਰਸਨਲ ਜਿਹੜੀ ਪਰਸਨਲ ਜਨਰਲ ਡਿਟੇਲ ਵਗੈਰਾ ਦਿੱਤੀ ਹੈ ਉਹਦੇ ਚ ਕੋਈ ਮੋਡੀਫਿਕੇਸ਼ਨ ਚਾਹੀਦੀ ਹੈ ਜਾਂ ਫਿਰ ਜਿਹੜਾ ਤੁਸੀਂ ਈਵਨ ਵਗੈਰਾ ਦਿੱਤਾ ਉਹ ਗਲਤ ਕਰ ਦਿੱਤਾ ਜੇ ਤੁਸੀਂ ਉਹਨਾਂ 2.5 ਲੱਖ ਬੰਦਿਆਂ ਵਿੱਚੋਂ ਜਿਨ੍ਹਾਂ ਨੇ ਕਿਸੇ ਕਿਸਮ ਦੀ ਕੋਈ ਜਿਹੜੀ ਗਲਤੀ ਕੀਤੀ ਹੋਈ ਹੈ ਇਹ ਬੰਦੇ ਵਿੱਚ categories ਦੇ ਵਿੱਚ ਜੇ ਤੁਸੀਂ ਵੀ ਉਹਨਾਂ ਬੰਦਿਆਂ ਵਿੱਚੋਂ ਤੇ ਇਹ ਵੀਡੀਓ ਤੁਹਾਡੇ ਲਈ ਹੈ ਤੇ ਅੱਗੇ ਵੀਧਣ ਤੋਂ ਪਹਿਲੇ ਜਿਹੜੇ ਨਵੇਂ ਆਏ ਹੋ ਪੈਣਾ ਪਈ ਯਾਰ ਦੋਸਤ ਚੈਨਲ ਨੂੰ ਜਿਵੇਂ ਅੱਗੇ ਸਪੋਰਟ ਕੀਤੀ ਹੈ ਤੁਸੀਂ ਇਸ ਤਰ੍ਹਾਂ ਹੀ ਅੱਗੇ ਵੀ ਸਪੋਰਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜਿਹੜੇ ਪਰੇਸ਼ਾਨ ਨੇ ਉਹਨਾਂ ਸਮਾਂ ਦੀ ਹੱਲ ਨਿਕਲ ਸਕੇ ਤੇ ਲੋ ਜੀ ਮੋਡੀਫਿਕੇਸ਼ਨ ਦਾ ਰੂਲ ਜਿਹੜਾ ਸਿਸਟਮ ਜਿਹੜਾ ਪਹਿਲੇ ਨਹੀਂ ਸੀ ਐਗਜ਼ਿਸਟ ਕਰਦਾ ਲੇਕਿਨ ਹੁਣ ਉਹ ਐਗਜ਼ਿਸਟ ਕਰਦਾ ਹੈ ਕਿ ਤੁਸੀਂ ਮੋਡੀਫਿਕੇਸ਼ਨ ਜੇ ਤੁਸੀਂ ਆਪਣੇ ਮਨ ਦੇ ਤੇ ਆਈ ਬਨ ਵਗੈਰਾ ਕੋਈ ਚੀਜ਼ ਗਲਤ ਦੇ ਬੈਠੇ ਹੋ ਤਾਂ ਤੁਸੀਂ ਮੋਡੀਫਿਕੇਸ਼ਨ ਕਰ ਸਕਦੇ ਹੋ ਅਸੀਂ ਵੀਡੀਓ ਦੇਖਾਂਗੇ ਕਿ ਕਿਵੇਂ ਮੋਡੀਫਿਕੇਸ਼ਨ ਅਸੀਂ ਕਰ ਸਕਦੇ ਹਾਂ ਤੇ ਅੱਜ ਤੋਂ ਜਿਹੜੇ ਨੇ ਪੈਸੇ ਮਿਲਣ ਲੱਗ ਪਉਣਗੇ ਕਾਜ਼ ਇੰਟੀਗ੍ਰੇਸ਼ਨ ਦੇ ਜਿਹੜੇ ਜਿਹੜੇ ਭੈਣ ਭਾਈ ਯਾਰ ਦੋਸਤ ਨੂੰ ਜਿਹ ਕਾਜ਼ ਇੰਟੀਗ੍ਰੇਸ਼ਨ ਦੇ ਪੈਸੇ ਮਿਲਣ ਉਹ ਕਮੈਂਟ ਦੇ ਵਿੱਚ ਜ਼ਰੂਰ ਇਤਲਾ ਕਰੋ ਤੇ ਸਭ ਤੋਂ ਪਹਿਲਾਂ ਅਸੀਂ ਸਰਚ ਕਰਾਂਗੇ ਗੂਗਲ ਦੇ ਉੱਤੇ ਮਾਈ ਇੰਪਸ ਮਾਈ ਇੰਪਸ ਸਰਚ ਕੀਤੇ ਪਹਿਲੀ ਉਤਰੀ ਕਲਿੱਕ ਨੂੰ ਕਲਿੱਕ ਓਪਨ ਕਰਾਂਗੇ ਤੇ ਸਭ ਅਸੀਂ ਆ ਜਾਵਾਂਗੇ ਸਿੱਧੇ ਡਾਇਰੈਕਟ ਲੌਗ ਇਨ ਦੇ ਆਪਸ਼ਨ ਦੇ ਉੱਤੇ ਪਿਨ ਦੇ ਨਾਲ ਆਪ ਵੀ ਲੌਗ ਇਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਪੀਡ ਦੇ ਨਾਲ ਲੌਗ ਇਨ ਕਰ ਸਕਦੇ ਹੋ ਲੌਗ ਇਨ ਕਰਨਾ ਹੈ ਅਚੇਤ ਕਰਨਾ ਹੈ ਨੈਕਸਟ ਕਰਨਾ ਹੈ ਅਗਲਾ ਪੇਜ ਆਏਗਾ ਕੋਲੇਗਾ ਵਾਲਾ ਇਹਦੇ ਤੋਂ ਤੁਸੀਂ ਲਿਖਣਾ ਹੈ ਇਸ ਨੂੰ ਕਲਿੱਕ ਕਰਨਾ ਹੈ ਪ੍ਰਗਤੀਵਿਧੀ ਪਰ ਐਚਏਓ ਸਰਵਿਸਿਜ਼ ਔਨਲਾਈਨ ਪ੍ਰਗਤੀਵਿਧੀ ਜਨ ਕਿ ਅੱਗੇ ਬਦਲ ਤੁਸੀਂ ਔਨਲਾਈਨ ਸਰਵਿਸਿਜ਼ ਜਿਹੜੀਆਂ ਨੇ ਇਨੂੰ ਕਲਿੱਕ ਕਰਾਂਗੇ ਅੱਗੇ ਆ ਜਾਵਾਂਗੇ ਇਸ ਪੇਜ ਦੇ ਉੱਤੇ ਇਹ ਪੇਜ ਦੇ ਉੱਤੇ ਤੁਹਾਨੂੰ ਤੁਹਾਡੀ ਇਹ ਡਿਟੇਲ ਵੀ ਨਜ਼ਰ ਆਵੇਗੀ ਜਿਹੜੇ ਇੱਥੇ ਐਡ ਕੀਤੀ ਗਈ ਹੋਈ ਹੈ ਬਲਰ ਕੀਤੀ ਗਈ ਹੈ ਇੱਥੇ ਤੁਸੀਂ ਸਰਚ ਕਰਨਾ ਹੈ ਇਹ ਸਰਚ ਬਾਰ ਦੇ ਉੱਤੇ ਸਰਚ ਕਰਨਾ ਹੈ ਆਪਣਾ ਇੰਦੇ ਨਹੀਂ ਦਸੇ ਚੰਤੋ ਆਰੋ ਕਰ ਸਕਦੇ ਜੀਆਂ ਕੋਈ ਕੋਵਿਡ ਦੀ ਚਿੰਨੋ ਵੀ ਵੀ ਕਰੋਗੇ ਨਾ ਕੋਵਿਡ ਦੀ ਚਿੰਨੋ ਵੀ ਦੇਵਜਣਾ ਜਿਹੜੇ ਦਮੰਦੇ ਸਾਰੇ ਨਿਕਲ ਆਉਣਗੇ ਇਹਨਾਂ ਵਿੱਚ ਇਹ ਦਮੰਦਾ ਸਾਡਾ ਇਹ ਨਹੀਂ ਨਹੀਂ ਦਸੇ ਚੰਤੋ ਕਰੋ ਤੇ ਫਿਰ ਵੀ ਡਾਇਰੈਕਟ ਆ ਜਾਂਦਾ ਹੈ ਇਹ ਦਮੰਦਾ ਸਾਡਾ ਇਹਨੂੰ ਕਲਿੱਕ ਕਰਾਂਗੇ ਤੇ ਨੈਕਸਟ ਪੇਜ ਆ ਜਾਏਗਾ ਅਗਲੇ ਪੇਜ ਦੇ ਉੱਤੇ ਤੁਸੀਂ ਇਹ ਵਿਜ਼ਿਓਲਾਈਜ਼ ਯੂਨਾ ਐਜ਼ੀ ਤੋਂ ਇਹਨੂੰ ਕਲਿੱਕ ਕਰਨਾ ਹੈ ਤਾਂ ਤੁਹਾਡੇ ਕੋਲ ਨੈਕਸਟ ਪੇਜ ਆ ਜਾਏਗਾ ਇਹ ਜਿਹੜੀ ਪਰਸਨਲ ਡਿਟੇਲ ਸਾਰੀ ਡਿਟੇਲ ਜਿਹੜੀ ਹੈ ਇਹ ਬਲਰ ਕੀਤੀ ਹੋਈ ਹੈ ਤੁਹਾਡਾ ਇਹ ਕੰਮ ਦੀ ਕੀ ਕੰਮ ਹੈ ਕੀ ਚੀਜ਼ ਹੈ ਜੇ ਤੁਸੀਂ ਇਹ ਦਾਤੀ ਜੇ ਤੁਸੀਂ ਮੋਡੀਫਿਕੇਸ਼ਨ ਕਰਦੇ ਹੋ ਕਰਨਾ ਚਾਹੁੰਦੇ ਹੋ ਇੱਥੇ ਐਡ ਦੇ ਉੱਤੇ ਇੱਕ ਆਪਸ਼ਨ ਦਿੱਤਾ ਗਿਆ ਹੋਵੇਗਾ ਜਿਹਨਾਂ ਦਾ ਤੁਸੀਂ ਮੋਡੀਫਿਕੇਸ਼ਨ ਕਰ ਸਕਦੇ ਹੋ ਯਾਨੀ ਕਿ ਤੁਸੀਂ ਜੇ ਆਪਣੇ ਦਮਾਂ ਦੇ ਮੰਨ ਲਓ ਤੁਹਾਡਾ ਇਵਨ ਵਗੈਰਾ ਪ੍ਰੋਬਲਮ ਹੈ ਗਲਤ ਲਿਖਿਆ ਹੋਇਆ ਹੈ ਤਾਂ ਤੁਸੀਂ ਇੱਥੇ ਕਲਿੱਕ ਕਰਕੇ ਇੱਥੇ ਇੱਕ ਮੋਡੀਫਿਕੇਸ਼ਨ ਦਾ ਆਪਸ਼ਨ ਆਵੇਗਾ ਉਤੋਂ ਤੁਸੀਂ ਮੋਡੀਫਾਈ ਕਰ ਸਕਦੇ ਹੋ ਠੀਕ ਹੈ ਜਿਵੇਂ ਕਿ ਇਹ ਇੱਥੇ ਇੱਕ ਮੋਡੀਫਿਕੇਸ਼ਨ ਥੱਲੇ ਤੁਹਾਨੂੰ ਥੱਲੇ ਹਲਕਾ ਜਿਹਾ ਲਿਖਿਆ ਨਜ਼ਰ ਆਉਂਦਾ ਪਿਆ ਇਸ ਤਰ੍ਹਾਂ ਦਾ ਮੋਡੀਫਿਕੇਸ਼ਨ ਲਿਖਿਆ ਆਵੇਗਾ ਇਹ ਦੇਖ ਰਹੇ ਤੁਸੀਂ ਨਜ਼ਦੀਕ ਹੋਇਆ ਥੋੜਾ ਤੇ ਇਹ ਤੁਹਾਡੇ ਮੋਬਾਈਲ ਤੇ ਹੋਰ ਵੱਧ ਵਧੀਆ ਤਰੀਕੇ ਨਾਲ ਨਜ਼ਰ ਆਵੇਗਾ ਤੇ ਜਦ ਇਹਨੂੰ ਮੋਡੀਫਿਕੇਸ਼ਨ ਨੂੰ ਕਲਿੱਕ ਕਰੋਗੇ ਤੇ ਇਹ ਅੱਗੇ ਇਹ ਬੰਦੀ ਮੋਡੀਫਿਕੇਸ਼ਨ ਦਾ ਮਦਲੀਤਾ ਦੇ ਪੈਗਮੈਂਟੋਂ ਇਹਨਾਂ ਜੇ ਤੁਸੀਂ ਮੋਡੀਫਿਕੇਸ਼ਨ ਜਾਂ ਦਾਤੀ ਪਰਸਨਲੇ ਕੁਝ ਵੀ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਹੋ ਤੁਸੀਂ ਇੱਥੇ ਆਰਾਮ ਨਾਲ ਬੋਡੀਫਾਈ ਕਰ ਸਕਦੇ ਹੋ ਤੁਸੀਂ ਉਹ ਚੀਜ਼ ਜੋ ਵੀ ਤੁਹਾਡੀ ਰਹਿ ਗਈ ਹੈ ਤੁਸੀਂ ਡਿਟੇਲ ਨਾਲ ਆਰਾਮ ਨਾਲ ਮੋਡੀਫਿਕੇਸ਼ਨ ਕਰ ਸਕਦੇ ਹੋ ਤੇ ਮੋਡੀਫਾਈ ਕਰਕੇ ਜੇ ਨਵਾਂ ਹੋਵੇ ਕਨਫਰਮ ਕਰਨਾ ਹੈ ਕਿ ਤੁਸੀਂ ਸਹੀ ਡਿਟੇਲ ਦੇਣੀ ਹੈ ਜੇ ਸਹੀ ਡਿਟੇਲ ਦਿਓਗੇ ਤਾਂ ਤੇ ਪੈਸੇ ਆਉਣਗੇ ਨਾ ਤੇ ਲੋ ਜੀ ਫਿਲਹਾਲ ਲਈ ਇਹ ਵੀਡੀਓ ਸੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜਿੰਨਾਂ ਨੂੰ ਲੋੜ ਹੈ ਜਿਹੜੇ ਪਰੇਸ਼ਾਨ ਨੇ ਉਹਨਾਂ ਨੂੰ ਹੈਲਪ ਹੋ ਸਕੇ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਰ 만나 ਲਾ